ਹੈਲੋ ਦੋਸਤੋ, ਕੀ ਹਾਲ ਚਾਲ? ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੈਨੂੰ ਕਿਸੇ ਦੋਸਤ ਨੇ ਕਿਹਾ ਸੀ, ਕਮੈਂਟ ਕੀਤਾ ਸੀ ਵੀ ਫਤਿਹ ਵੀ ਬੁਲਾਇਆ ਕਰੋ। ਚਲੋ ਜੀ, ਫਤਿਹ ਤੋਂ ਬਿਨਾਂ ਤਾਂ ਆਪਾਂ ਨੂੰ ਕਾਹੇ ਜੋਗੇ ਵੀ ਨਹੀਂ ਆ। ਉਹ ਗੁਰੂ ਮਹਾਰਾਜ ਦੀ ਕਿਰਪਾ ਵਾ ਅਤੇ ਉਹਦਾ ਦਿੱਤਾ ਖਾਂਦੇ ਆ ਅਤੇ ਸ਼ੁਕਰ ਕਰਦੇ ਹਰ ਵੇਲੇ। ਅਤੇ ਗੱਲ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਦੀ। ਅਤੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਛੋਟੇ ਛੋਟੇ ਪਿਆਜ਼ ਬਣਾਵਾਂਗੇ ਸਿਰਕੇ ਵਾਲੇ। ਆਮ ਹੀ ਜਿੰਨਾ ਮੇਰਾ ਵੀਰਾਂ ਨੇ ਵੀ ਬਾਹਰ ਹੋਟਲ 'ਚ ਜਾਂ ਕਿਤੇ ਰੈਸਟੋਰੈਂਟ 'ਚ ਖਾਣਾ ਖਾਧਾ ਹੋਊਗਾ, ਉੱਥੇ ਆਮ ਕਰਕੇ ਸਰਵ ਕੀਤੇ ਜਾਂਦੇ ਆ ਸਲਾਦ ਦੇ ਨਾਲ। ਅਤੇ ਉਹ ਘਰ ਵਿੱਚ ਕਿਵੇਂ ਤਿਆਰ ਹੁੰਦੇ ਆ? ਬੜੇ ਸਿੰਪਲ ਆ, ਆਜੋ ਦੇਖਦੇ ਆ। ਅਤੇ ਸਿਰਕੇ ਵਾਲੇ ਪਿਆਜ਼ ਬਣਾਉਣ ਵਾਸਤੇ ਜਿਹੜੇ ਆਪਾਂ ਸਮਾਨ ਚਾਹੀਦਾ, ਉਹਦੇ ਵਾਸਤੇ ਇਹ 20-25 ਪਿਆਜ਼ ਆ, ਇਹ ਛੋਟਾ ਲਿਆ ਆਪਾਂ ਚਿਕੰਦਰ, ਇਹ ਵੀ ਆਪਾਂ ਅੱਧਾ ਪਾਵਾਂਗੇ। ਇਹਦੇ ਲਈ 5 ਤੋਂ ਲੈ ਕੇ 7 ਹਰੀਆਂ ਮਿਰਚਾਂ, ਇਹ 5-6 ਲੌਂਗ, ਇਹ 10 ਦਾਣੇ ਆਪਣੇ ਕਾਲੀ ਮਿਰਚ ਦੇ, ਅਤੇ 1 ਇੰਚ ਦੇ ਤਕਰੀਬਨ ਆਪਾਂ ਲਿਆ। ਬਹੁਤ ਹੀ ਸਿੰਪਲ ਤਰੀਕਾ ਇਹਦਾ ਬਣਾਉਣ ਦਾ। ਅਤੇ ਦੂਜੀ ਗੱਲ, ਸਾਰਾ ਸਮਾਨ ਇਹਦਾ ਘਰੇ ਹੀ ਹੁੰਦਾ ਵਾ, ਕੋਈ ਬਾਹਰੋਂ ਸਪੈਸ਼ਲ ਇੰਨਾ ਲਿਆਉਣਾ ਨਹੀਂ ਪੈਂਦਾ। ਅਤੇ ਅੱਜ ਆਪਾਂ ਇਹਦੇ ਕੱਟ ਲਾ ਲੈਂਦੇ, ਅਤੇ ਇਸ ਤਰੀਕੇ ਨਾਲ ਆਪਾਂ ਇਹਦੇ ਕੱਟ ਨਾ ਲਾ ਲੈਣੇ, ਥੱਲਿਓਂ ਥੋੜ੍ਹਾ ਜਿਹਾ ਛੱਡ ਦੇਣਾ। ਇਹੋ ਤਰੀਕਾ ਐਂ ਕਰਕੇ ਇਸ ਤਰੀਕੇ ਨਾਲ ਦੋਵੇਂ ਲੱਗ ਗਏ। ਅਤੇ ਇੱਕ ਨੂੰ ਮੈਂ ਹੋਰ ਦਿਖਾਉਂਦਾ, ਇੱਦਾਂ ਸੈਂਟਰ 'ਚ ਕਰਕੇ, ਅਤੇ ਬਸ ਦੋ ਚੀਰੇ ਲਾਉਣੇ, 4 ਭਾਗ ਹੋਏ ਨੇ। ਇਸ ਤਰੀਕੇ ਨਾਲ ਆਪਾਂ ਸਾਰੇ ਪਿਆਜ਼ ਕਰ ਲਾਂਗੇ। ਅਤੇ ਇਹਦੀ ਇਸ ਸਾਈਡ ਤੋਂ ਆਪਾਂ ਇਹਨੂੰ ਟੱਕ ਲਾਉਣੇ ਆ, ਆੜੀ ਜੜ੍ਹ ਵਾਲੀ ਸਾਈਡ ਤੋਂ ਨਹੀਂ, ਇਸ ਸਾਈਡ ਤੋਂ ਆਪਾਂ ਟੱਕ ਲਾਵਾਂਗੇ। ਅਤੇ ਇਹਦੀ ਜਿਹੜੀ ਆ ਪੰਖੜੀਆਂ ਜਿਹੀਆਂ ਬਣਦੀਆਂ, ਇਹਦੇ ਰਾਹੀਂ ਸਾਰਾ ਰਸ ਇਹਦੇ ਅੰਦਰ ਜਾਊਗਾ ਅਤੇ ਬਹੁਤ ਹੀ ਸਵਾਦ ਬਣਨਗੇ। ਅਤੇ ਹਾਂਜੀ, ਆਪਾਂ ਸਾਰੇ ਪਿਆਜ਼ ਨੂੰ ਟੱਕ ਲਾ ਤੇ ਜਿਹੜਾ ਅਦਰਕ ਲਿਆ, ਇਹਦੇ ਆਪਾਂ ਛੋਟੇ ਛੋਟੇ ਟੁਕੜੇ ਕਰ ਲਾਂਗੇ। ਤੁਹਾਡੀ ਮਰਜ਼ੀ ਇਹਨੂੰ ਲੰਬੇ ਕਰ ਲਿਓ, ਤੁਹਾਡੀ ਮਰਜ਼ੀ ਇਹਨੂੰ ਲੱਛੇ ਬਣਾ ਕੇ ਪਾ ਦਿਓ। ਅਤੇ ਆਪਾਂ ਇਹਦੇ ਛੋਟੇ ਛੋਟੇ ਚਿਪਸ ਬਣਾਵਾਂਗੇ, ਇਹ ਤਾਂ ਆਪਾਂ ਇਹਦੇ ਵਿੱਚ ਇਹਦੇ ਪਾਵਾਂਗੇ। ਬਹੁਤ ਹੀ ਵਧੀਆ ਪਿਆਜ਼ ਦੇ ਵਿੱਚੋਂ ਇਹਦਾ ਮੁੜ ਕੇ ਆਉਂਦਾ ਰਸ ਜਿਹਾ, ਕਿ ਆਪਾਂ ਕੱਟ ਲੈਂਦੇ ਹਾਂ। ਅਤੇ ਵਿੱਚ ਕਾਹਿਓ ਇਹਦੇ ਆਪਾਂ ਇੱਕੋ ਬਸ ਚੀਰਾ ਲਾਉਣਾ ਇਹਦੇ, ਅਤੇ ਥੱਲਿਓ ਮਾੜੀ ਜੀ ਇਹਦੇ ਨਾਲ ਲੱਗੀ ਰਹਿਣ ਦੇਣੀ, ਇਸ ਤਰੀਕੇ ਨਾਲ। ਇੱਦਾਂ ਹੁਣ ਆਪਾਂ ਸਾਰੀਆਂ ਮਿਰਚਾਂ ਕੱਟਾਂਗੇ। ਮਿਰਚਾਂ ਆਪਾਂ ਕੱਟ ਲਈਆਂ, ਹੁਣ ਆਪਾਂ ਇਹ ਚਿਕੰਦਰ, ਇਹਨੂੰ ਆਪਾਂ ਅੱਧਾ ਪਹਿਲਾਂ ਸੈਂਟਰ 'ਚੋਂ ਕਰਾਂਗੇ, ਅਤੇ ਆੜਾ ਭਾਗ ਇਹਦੇ ਆਪਾਂ ਛੋਟੇ ਛੋਟੇ ਟੁਕੜੇ ਕਰ ਲਾਂਗੇ। ਇਹ ਰੋਟੀ ਦੇ ਨਾਲ ਖਾ ਲਾਂਗੇ, ਜ਼ਿਆਦਾ ਵਾ। ਇਸ ਤਰੀਕੇ ਨਾਲ ਆਪਾਂ ਇਹਦੇ ਛੋਟੇ ਛੋਟੇ ਟੁਕੜੇ ਕਰਕੇ ਸੈਂਟਰ 'ਚ ਇੱਕ ਲਾਵਾਂਗੇ ਇਸ ਤਰੀਕੇ ਨਾਲ, ਅਤੇ ਛੋਟੇ ਛੋਟੇ ਪੀਸ ਇਹਦੇ ਹੋ ਜਾਣਗੇ, ਇਹ ਜਿਹੜੇ ਆਪਾਂ ਕਰਨੇ ਆ। ਇਹ ਦੇਖੋ ਛੋਟੇ ਛੋਟੇ ਟੁਕੜੇ ਹੋ ਗਏ ਇਹਦੇ। ਅਤੇ ਸਾਰਾ ਸਮਾਨ ਆਪਾਂ ਕੱਟ ਲਿਆ, ਹੁਣ ਆਪਾਂ ਇਹਦੇ ਅਗਲੇ ਕਦਮ ਵੱਲ ਵੱਧਦੇ ਹਾਂ, ਅਗਲੇ ਪ੍ਰੋਸੈਸ। ਅਤੇ ਹਾਂਜੀ, ਛੋਟਾ ਫਰਾਈ ਪੈਨ ਆਪਾਂ ਇਸ ਤਰੀਕੇ ਨਾਲ ਕੋਈ ਲੈ ਲੈਣਾ, ਅਤੇ ਉਹਦੇ ਵਿੱਚ ਇੱਕ ਗਲਾਸ ਪੂਰਾ ਮਿਣ ਕੇ ਪਾਣੀ ਪਾ ਦਾਂਗੇ, ਅਤੇ ਗੈਸ ਨੂੰ ਔਨ ਕਰ ਦਾਂਗੇ। ਵਿੱਚ ਪਾਣੀ ਗਰਮ ਹੋਣ ਤੱਕ ਇਹਦਾ ਇੰਤਜ਼ਾਰ ਕਰਾਂਗੇ। ਪਾਣੀ ਗਰਮ ਆਪਣਾ ਹੋ ਗਿਆ, ਅਤੇ ਹੁਣ ਆਪਾਂ ਇਹਦੇ ਵਿੱਚ 2 ਚਮਚ ਖੰਡ ਦੇ ਆਪਾਂ ਪਾ ਦਾਂਗੇ, ਜਿਹੜੀ ਆਮ ਹੀ ਆਪਾਂ ਘਰੇ ਖੰਡ ਵਰਤਦੇ ਹਾਂ। ਅਤੇ ਤਕਰੀਬਨ ਆਪਾਂ 1.5 ਚਮਚ ਇਹਦੇ ਵਿੱਚ ਪਾ ਦਾਂਗੇ ਲੂਣ ਦਾ, ਅਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਦਾਂਗੇ। ਅਤੇ ਇਹਦੇ ਵਿੱਚ ਇੱਕ ਉਬਾਲ ਆਉਣ ਤੱਕ ਇਹਨੂੰ ਆਪਾਂ ਗਰਮ ਕਰਾਂਗੇ। ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ, ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਲੌਂਗ। ਲੌਂਗ ਦਾ ਬਹੁਤ ਹੀ ਵਧੀਆ ਸਵਾਦ ਆਉਂਦਾ ਪਿਆਜ਼ਾਂ ਦੇ ਵਿੱਚ। ਨਾਲ ਹੀ ਤਿੱਖੇ ਵਾਸਤੇ ਪਾ ਦਾਂਗੇ ਆਪਾਂ ਜਿਹੜੀ ਕਾਲੀ ਮਿਰਚ ਲਈ, ਅਤੇ ਨਾਲ ਹੀ ਆਪਾਂ ਪਾ ਦਾਂਗੇ ਕੱਟਿਆ ਹੋਇਆ ਚਿਕੰਦਰ। ਅਤੇ ਚਿਕੰਦਰ ਵਿੱਚ ਜਾਂਦਿਆਂ ਸਾਰ ਹੀ ਰੰਗ ਨੇ ਆਪਣਾ ਛੱਡਤਾ, ਕਿੰਨਾ ਵਧੀਆ ਬਣ ਗਿਆ। ਨਾਲ ਹੀ ਪਾ ਦਾਂਗੇ ਆਪਾਂ ਅਦਰਕ, ਅਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ, ਇੱਕ ਉਬਾਲ ਵਿੱਚ ਫਿਰ ਲਿਆਵਾਂਗੇ। ਪਾਣੀ 'ਚ ਉਬਾਲ ਆਉਣ ਲੱਗ ਪਿਆ,
ਤੁਸੀਂ ਦੇਖ ਸਕਦੇ ਜੇ, ਅਤੇ ਚੰਗੀ ਤਰ੍ਹਾਂ ਨਾਲੇ ਜਿਹੜਾ ਸਮਾਨ ਆਪਾਂ ਪਾਇਆ ਉਹ ਗਲ ਗਿਆ, ਚਿਕੰਦਰ, ਅਦਰਕ ਅਤੇ ਬਾਕੀ ਦੋ ਮਸਾਲੇ ਆਪਾਂ ਮੋਟੇ ਪਾਏ, ਲੌਂਗ ਅਤੇ ਕਾਲੀ ਮਿਰਚ। ਹੁਣ ਆਪਾਂ ਗੈਸ ਬੰਦ ਕਰ ਦਾਂਗੇ ਅਤੇ ਇਹਦੀ ਠੰਡੀ ਹੋਣ ਤੱਕ ਡੀਕ ਕਰਾਂਗੇ, ਅਤੇ ਫਿਰ ਇਹਦੇ ਵਿੱਚ ਪਿਆਜ਼ ਅਤੇ ਅਗਲਾ ਸਮਾਨ ਪਾਵਾਂਗੇ। ਅਤੇ ਹਾਂਜੀ, ਆਪਣਾ ਸਿਰਕੇ ਵਾਲਾ ਪਾਣੀ ਠੰਡਾ ਹੋ ਗਿਆ, ਦੂਜੇ ਭਾਂਡੇ 'ਚ ਕੱਢ ਲੈਂਦੇ ਹਾਂ, ਕੱਚ ਵਾਲੇ ਭਾਂਡੇ 'ਚ, ਵੇਖਣ ਨੂੰ ਸੋਹਣਾ ਲੱਗੂ ਨਾਲੇ। ਵੇਖੋ ਕਿੰਨਾ ਵਧੀਆ ਰੰਗ ਛੱਡਿਆ ਚਿਕੰਦਰ ਨੇ, ਅਤੇ ਨਾਲੇ ਦੂਜੀ ਗੱਲ ਸਾਰੇ ਗਲ ਗਏ, ਅਦਰਕ ਵੀ ਗਲ ਗਿਆ। ਅਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆੜੇ ਟੱਕ ਲੱਗੇ ਪਿਆਜ਼, ਸਾਰੇ ਪਿਆਜ਼ ਇਹਦੇ ਵਿੱਚ ਪਾ ਦਾਂਗੇ, ਕੱਟੀਆਂ ਹੀ ਹਰੀਆਂ ਮਿਰਚਾਂ ਇਹ ਵੀ ਵਿੱਚ ਮਿਕਸ ਕਰ ਦਾਂਗੇ, ਚੰਗੀ ਤਰ੍ਹਾਂ ਹਿਲਾ ਦਾਂਗੇ। ਅਤੇ ਇਹਦੇ ਵਿੱਚ ਇੱਕ ਗਲਾਸ ਆਪਾਂ ਸਿਰਕੇ ਦਾ ਮਿਲਾ ਦਾਂਗੇ, ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ, ਅਤੇ ਇਹਨੂੰ ਇੱਕ ਰਾਤ ਰੱਖਣ 'ਤੇ ਅਗਲੇ ਦਿਨ ਨੂੰ ਆਪਾਂ ਨੂੰ ਖਾਵਾਂਗੇ, ਨਾਲੇ ਤੁਹਾਨੂੰ ਦਿਖਾਵਾਂਗੇ। ਅਤੇ ਦੂਜੀ ਗੱਲ ਮਿੱਤਰ ਪਿਆਰਿਓ, ਇਹਦੇ ਵਿੱਚ ਪਾਣੀ ਜਦੋਂ ਦੂਜਾ ਮਿਨਰਲ ਵਾਟਰ ਜਿਹਾ ਮਿਲਦਾ ਉਹ ਵੀ ਪੈ ਜਾਂਦਾ, ਉਹਦੇ ਨਾਲ ਵੀ ਬਣ ਜਾਂਦੇ, ਪਰ ਤੁਸੀਂ ਕੋਸ਼ਿਸ਼ ਕਰਿਓ ਪਾਣੀ ਉਬਾਲ ਕੇ ਹੀ ਪਾਇਓ, ਵਧੀਆ ਬਣਦੇ, ਉਹਦੇ ਨਾਲ ਲੰਮੇ ਟਾਈਮ ਤੱਕ ਚੱਲਦੇ ਆ। ਤੁਹਾਨੂੰ ਅੱਜ ਦੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਆ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ, ਅਤੇ ਇੱਕ ਕੋਸ਼ਿਸ਼ ਜ਼ਰੂਰ ਕਰਿਓ ਕਿ ਘਰੇ ਬਣਾ ਕੇ ਆਪਣੀ ਚੀਜ਼ ਖਾਇਆ ਕਰੋ, ਭਾਵੇਂ ਮਾੜੀ ਬਣੇ ਚੰਗੀ ਬਣੇ, ਆਪਾਂ ਨੂੰ ਪਤਾ ਤਾਂ ਹੈਗਾ ਨਾ ਆਪਾਂ ਕੀ ਬਣਾ ਕੇ ਖਾਧਾ। ਘੱਟ ਤੋਂ ਘੱਟ ਬਾਜ਼ਾਰ ਦੀ ਚੀਜ਼ ਵਰਤਿਆ ਕਰੋ, ਵਰਤਣੀ ਪੈਂਦੀ ਹੈ ਆਪਣੇ ਨੂੰ, ਆਪਣਾ ਸਰਕਲ ਹੀ ਇਹੋ ਜਿਹਾ ਉਹਨਾਂ ਸਰਕਾਰ ਨੇ ਬਣਾ ਤਾ ਵੀ ਜਿਹੜੀ ਚੀਜ਼ ਉਹ ਆਪਾਂ ਨੂੰ ਪੇਸ਼ ਕਰਦੇ ਆਪਾਂ ਨੂੰ ਖਾਣੀ ਪੈਂਦੀ ਆ, ਉਹ ਸਿਹਤ ਵਾਸਤੇ ਆਪਣੀ ਕਿੰਨੀ ਹਾਨੀਕਾਰਕ ਹੁੰਦੀ ਆ, ਥੋੜ੍ਹੀ ਜਿਹੀ ਇਹਤੇ ਆਪਾਂ ਨਜ਼ਰ ਮਾਰ ਲਿਆ ਕਰੀਏ। ਅਤੇ ਇਹਨਾਂ ਗੱਲਾਂ ਨਾਲ ਆਪਾਂ ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖ।